ਖਬਰਾਂ ਪੇਸ਼ ਕਰਾਂਗੇ। ਸੋ ਅੱਜ ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ ਤੇ ਪੰਜਾਬ ਦੇ ਹਰ ਖਿੱਤੇ ਨਾਲ ਸੰਬੰਧਿਤ ਇਨਸਾਨ, ਜ਼ਿੰਮੇਵਾਰ ਇਨਸਾਨ ਅੱਜ ਦਿੱਲੀ ਵਿੱਚ ਬੈਠੇ ਨੇ। ਸਿਰਫ ਪੰਜਾਬ ਦਾ ਨਹੀਂ, ਪੂਰੇ ਦੇਸ਼ ਭਰ ਦੇ ਵਿੱਚੋਂ ਕਿਸਾਨ ਮਜ਼ਦੂਰ ਦਿੱਲੀ ਵਿੱਚ ਧਰਨਾ ਦੇ ਰਹੇ ਨੇ। ਦਿੱਲੀ ਦੇ ਵਿੱਚ ਨੇ, ਕੁਛ ਦਿੱਲੀ ਤੋਂ ਸਾਈਡ 'ਤੇ ਨੇ, ਬਾਰਡਰਸ ਦੇ ਉੱਤੇ ਕਿਸਾਨ ਬੈਠੇ ਨੇ। ਕਿਸ ਚੀਜ਼ ਲਈ ਬੈਠੇ ਨੇ? ਕਾਰਪੋਰੇਟ ਘਰਾਣਿਆਂ ਦੇ ਨਾਲ ਮੱਥਾ ਲਾ ਕੇ ਬੈਠੇ ਨੇ ਕਿ ਸਾਡੀਆਂ ਜ਼ਮੀਨਾਂ ਨੂੰ ਹੜੱਪਿਆ ਨਾ ਜਾਵੇ, ਸਾਡੀਆਂ ਜ਼ਮੀਨਾਂ ਉੱਤੇ ਕਬਜ਼ਾ ਨਾ ਕੀਤਾ ਜਾਵੇ, ਸਾਨੂੰ ਸਾਡੀ ਜ਼ਮੀਨ ਸਾਡੀ ਮਾਂ ਬਰਾਬਰ ਹੈ। ਪਰ ਕੀ ਜਿਹੜੀ ਪੰਜਾਬ ਦੀ ਗਵਰਨਮੈਂਟ ਆ, ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਪਿੱਠ ਪਿੱਛੇ ਕੀ ਕਰ ਰਹੇ ਆ? ਜਾਂ ਉਹ ਖਾਲੀ ਪੰਜਾਬ ਹੋਏ ਦਾ ਫਾਇਦਾ ਚੱਕ ਰਹੇ ਨੇ? ਅੱਜ ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ ਮਜ਼ਦੂਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਅੰਡਾਨੀਆਂ ਨੂੰ ਪੰਜਾਬ 'ਚ ਨਹੀਂ ਵੜਨ ਦੇਣਾ, ਪਰ ਉਹਨਾਂ ਦੀ ਪਿੱਠ ਪਿੱਛੇ ਕੈਪਟਨ ਅਮਰਿੰਦਰ ਸਿੰਘ ਕੀ ਕਹਿ ਰਹੇ ਨੇ? ਉਹ ਪੂਰੇ ਦਾ ਪੂਰਾ ਕੰਟਰੈਕਟ ਬਿਜਲੀ ਦਾ ਅਡਾਨੀਆਂ ਨਾਲ ਸਾਈਨ ਕਰ ਚੁੱਕੇ ਨੇ, ਸ਼ਾਰਟ ਟਰਮ ਕੰਟਰੈਕਟ। ਕੀ ਜੇ ਪੰਜਾਬ ਨੂੰ ਬਿਜਲੀ ਦੀ ਲੋੜ ਹੋਈ ਤੇ ਉਹ ਕੀ ਤੋਂ ਲੈਣਗੇ ਬਿਜਲੀ? ਅਡਾਨੀਆਂ ਤੋਂ ਲੈਣਗੇ। ਕੀ ਤੁਸੀਂ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਕਿ ਜਿਹੜੇ ਪੰਜਾਬ ਦੇ ਲੋਕ, ਅੱਜ ਪੰਜਾਬ ਦੀਆਂ ਮਾਵਾਂ, ਪੰਜਾਬ ਦੇ ਜਵਾਨ ਤੇ ਸਾਡੇ ਬਜ਼ੁਰਗ ਸ਼ਹੀਦੀਆਂ ਪਾ ਰਹੇ ਨੇ ਦਿੱਲੀ ਬਾਰਡਰ ਦੇ ਉੱਤੇ, ਕੀ ਤੁਸੀਂ ਉਹਨਾਂ ਨਾਲ ਧੋਖਾ ਕੀਤਾ? ਅੱਜ ਅਡਾਨੀਆਂ ਨੂੰ, ਜੇ ਅੱਜ ਪੰਜਾਬ ਖਾਲੀ ਸੀ ਤਾਂ ਉਹਨਾਂ ਨੂੰ ਤੁਸੀਂ ਪਿੱਠ ਪਿੱਛੇ ਅਡਾਨੀਆਂ ਨੂੰ ਬੁਲਾ ਕੇ ਪੰਜਾਬ ਦੀ ਬਿਜਲੀ ਦਾ ਐਗਰੀਮੈਂਟ ਦੇ ਤਾ ਕਿ ਪੰਜਾਬ ਨੂੰ ਬਿਜਲੀ ਕੌਣ ਦੇਊਗਾ? ਅਡਾਨੀ ਦੇਣਗੇ। ਪੰਜਾਬ ਦੀ ਖੇਤੀ ਜ਼ਮੀਨਾਂ 'ਤੇ ਹੱਕ ਕੌਣ ਦੇਊਗਾ? ਮੋਦੀ ਕਹਿੰਦਾ ਅਡਾਨੀ ਦੇਣਗੇ, ਪਰ ਅੱਜ ਪੰਜਾਬ ਦਾ ਅਡਾਨੀ ਬਣਿਆ ਦੁਸ਼ਮਣ ਕੈਪਟਨ ਅਮਰਿੰਦਰ ਸਿੰਘ ਉਹਨੂੰ ਗਲ ਕਿਉਂ ਲਾ ਰਹੇ ਨੇ? ਕੀ ਕਾਰਨ ਹੈ? ਕੀ ਇਹੋ ਜਿਹਾ ਉਹਨਾਂ ਨੂੰ ਲਾਲਚ ਦਿੱਤਾ ਗਿਆ? ਕੀ ਸਕੈਮ ਕਰਨ ਦੀ ਤਿਆਰੀ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ? ਅੰਡਰ ਟੇਬਲ ਕੀ ਗੱਲ ਹੋਈ ਆ ਇਹ ਸਾਨੂੰ ਖੁੱਲ੍ਹ ਕੇ ਦੱਸੀ ਜਾਵੇ। ਇਹ ਰਾਜਨੀਤੀ 73 ਸਾਲਾਂ ਦੀ ਅਸੀਂ ਬਰਦਾਸ਼ਤ ਕਰ ਰਹੇ ਹਾਂ। ਅੱਜ ਹਿਊਮਨ ਹਿਸਟਰੀ ਦਾ ਸਭ ਤੋਂ ਵੱਡਾ ਪ੍ਰੋਟੈਸਟ ਦਿੱਲੀ ਦੇ ਵਿੱਚ ਹੋ ਰਿਹਾ, ਫਿਰ ਵੀ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਅੱਜ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਪਿੱਠ ਉੱਤੇ ਵਾਰ ਕੀਤਾ, ਇਸ ਗੱਲ ਦਾ ਜਵਾਬ ਕੀ ਆ ਇਹ ਸਾਨੂੰ ਦਿੱਤਾ ਜਾਵੇ। ਸੋ ਅੱਜ ਪੰਜਾਬ ਜਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ, ਉਹ ਗੱਲ ਹੁੰਦੀ ਆਪਣੇ ਪੰਜਾਬੀਆਂ ਦੀ, ਇੱਕ ਕਹਾਵਤ ਹੈ ਕਿ ਬਿੱਲੇ ਨੂੰ ਦੁੱਧ ਦੀ ਰਾਖੀ 'ਤੇ ਬਿਠਾ ਦਿੱਤਾ। ਸੋ ਕੈਪਟਨ ਅਮਰਿੰਦਰ ਸਿੰਘ ਉਹ ਬਿੱਲਾ ਜਿਹਨਾਂ ਨੂੰ ਦੁੱਧ ਦੀ ਰਾਖੀ 'ਤੇ ਬਿਠਾ ਦਿੱਤਾ, ਬਿੱਲਾ ਦੁੱਧ ਨੂੰ ਛੱਡਦਾ ਨਹੀਂ ਹੁੰਦਾ। ਅਤੇ ਇਹਨਾਂ ਦੇ, ਇਹ ਸਾਰੇ ਮੇਰੇ ਪੱਤਰਕਾਰ ਵੀਰ ਜਾਣਦੇ ਹੋਣਗੇ ਕਿ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਜਿਹੜਾ ਬਠਿੰਡੇ ਦਾ ਥਰਮਲ ਪਲਾਂਟ ਦੇ ਵਿੱਚੋਂ ਧੂੰਆਂ ਮੈਂ ਕੱਢੂੰਗਾ। ਸਹੀ ਗੱਲ ਹੈ ਜੀ, ਥਰਮਲ ਪਲਾਂਟ 'ਚੋਂ ਇਹਨਾਂ ਨੇ ਕਿਹਾ ਵਾਈਟ ਪੇਪਰ ਅਸੀਂ ਅਕਾਲੀਆਂ ਨੂੰ ਦੇਵਾਂਗੇ, ਥਰਮਲ ਪਲਾਂਟ 'ਚੋਂ ਤਾਂ ਕੋਈ ਧੂੰਆਂ ਨਹੀਂ ਨਿਕਲਿਆ, ਪਰ ਇਹਨਾਂ ਨੇ ਕਿਸਾਨਾਂ ਦਾ ਧੂੰਆਂ ਕੱਢਤਾ, ਪੰਜਾਬ ਦਾ ਧੂੰਆਂ ਕੱਢਤਾ। ਇਹਨਾਂ ਨੇ ਕਿਹਾ ਮੇਰਾ ਸੁਪਨਾ ਬਠਿੰਡੇ ਦੇ ਥਰਮਲ ਪਲਾਂਟ 'ਚੋਂ ਧੂੰਆਂ ਕੱਢਣਾ, ਕਿੱਥੇ ਆ? 5 ਸਾਲ ਪੂਰੇ ਹੋ ਗਏ, ਤੁਹਾਡਾ ਸੁਪਨਾ ਪੂਰਾ ਕਿਉਂ ਨਹੀਂ ਹੋਇਆ ਅੱਜ ਤੱਕ? ਤੁਸੀਂ ਧੂੰਆਂ ਪੰਜਾਬ ਦਾ ਕੱਢਿਆ, ਥਰਮਲ ਪਲਾਂਟ ਦਾ ਨਹੀਂ। ਤੁਸੀਂ ਉਹ ਬਿੱਲੇ ਹੋ ਜਿਹਨੂੰ ਦੁੱਧ ਦੀ ਰਾਖੀ 'ਤੇ ਬਿਠਾਤਾ, ਕਿਸਾਨ ਦਿੱਲੀ ਬੈਠੇ ਨੇ ਅਤੇ ਤੁਸੀਂ ਇੱਥੇ ਪੰਜਾਬ ਦੀ ਬਿਜਲੀ ਦਾ ਸੌਦਾ ਅਡਾਨੀਆਂ ਨਾਲ ਕਰ ਰਹੇ ਹੋ। ਅਡਾਨੀ ਅੱਜ ਸਾਡਾ ਦੁਸ਼ਮਣ ਹੈ, ਤੁਸੀਂ ਪੰਜਾਬ ਦੇ ਲੋਕਾਂ ਨਾਲ ਕਿਉਂ ਨਹੀਂ ਖੜੇ? ਕੈਪਟਨ ਸਾਹਿਬ ਕਿਉਂ ਨਹੀਂ ਖੜੇ? ਦੇਖੋ ਪਿਛਲੇ ਨਵੰਬਰ ਦੇ ਵਿੱਚ ਜਿਹੜਾ ਇਹ ਸਮਝੌਤਾ ਕੀ ਆ ਜੀ, ਜਿਹੜਾ ਪਿਛਲੇ ਨਵੰਬਰ ਦੇ ਵਿੱਚ ਇਹਨਾਂ ਨੇ ਟੈਂਡਰ ਪਾਸ ਕੀਤਾ ਕਿ ਜੇ ਪੰਜਾਬ ਨੂੰ ਐਮਰਜੈਂਸੀ ਬਿਜਲੀ ਦੀ ਲੋੜ ਪੈਂਦੀ ਆ, ਕਿ ਸਾਡੇ ਸੈਂਟਰ ਪੂਲ ਕੋਲ ਬਿਜਲੀ ਨਹੀਂ, ਅਸੀਂ ਅਗਲੇ ਮਈ ਤੱਕ ਆਪਦੇ ਗਵਾਂਢੀ ਰਾਜਾਂ ਨੂੰ ਬਿਜਲੀ ਦਿੱਤੀ ਹੋਈ ਆ, ਕਿ ਅਸੀਂ ਸਾਡਾ ਭਾਖੜਾ ਸਾਡੇ ਪੰਜਾਬ ਦਾ ਕਿ ਅਸੀਂ ਐਮਰਜੈਂਸੀ ਪੈਂਦੀ ਆ ਉੱਥੋਂ ਬਿਜਲੀ ਨਹੀਂ ਲੈ ਰਹੇ? ਕਿ ਅੱਜ ਤੱਕ ਕੈਪਟਨ ਸਾਹਿਬ ਕਹਿੰਦੇ ਰਹੇ ਕਿ ਪੰਜਾਬ ਇੱਕ ਸਰਪਲਸ ਸਟੇਟ ਆ ਬਿਜਲੀ ਦਾ, ਤਾਂ ਕੀ ਲੋੜ ਪੈ ਗਈ ਅੱਜ ਅਡਾਨੀਆਂ ਨੂੰ? ਜੇ ਤੁਹਾਨੂੰ ਬਿਜਲੀ ਲੈਣ ਦੀ ਲੋੜ ਵੀ ਪੈਂਦੀ ਆ ਤਾਂ ਸਾਡਾ ਅਡਾਨੀ ਅੱਜ ਦੁਸ਼ਮਣ ਹੈ, ਸਾਡੀਆਂ ਜ਼ਮੀਨਾਂ ਉੱਤੇ ਕਬਜ਼ਾ ਕਰ ਰਿਹਾ, ਸਾਡੇ ਲੋਕ ਮਰ ਰਹੇ ਨੇ ਠੰਡ ਦੇ ਵਿੱਚ ਦਿੱਲੀ ਬੈਠੇ, ਪਰ ਇਹਨਾਂ ਨੂੰ ਅਡਾਨੀ ਨਾਲ ਸਾਡੇ ਪੰਜਾਬਾਂ ਦੇ ਪੰਜਾਬੀਆਂ ਨਾਲ ਅੱਜ ਕੈਪਟਨ ਸਾਹਿਬ ਕਿਉਂ ਨਹੀਂ ਖੜੇ? ਕੀ ਲੋੜ ਪੈ ਗਈ ਸੀ ਕਿ ਅਡਾਨੀਆਂ ਨਾਲ ਬਿਜਲੀ ਦਾ ਸਮਝੌਤਾ ਕੀਤਾ ਗਿਆ, ਟੈਂਡਰ ਪਾਸ ਕਰਕੇ ਅਡਾਨੀ ਨੂੰ ਦਿੱਤਾ ਗਿਆ? ਜੀ ਦੇਖੋ ਇੱਕ ਗੱਲ ਹੋਰ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਅੱਜ ਆਮ ਆਦਮੀ ਪਾਰਟੀ ਨੇ ਕਾਲ ਸੈਂਟਰ ਚਲਾਏ ਹੋਏ ਨੇ ਕਿ ਜੇ ਕੋਈ ਪੰਜਾਬ ਦਾ ਕਿਸਾਨ ਦੁੱਖ ਸੁੱਖ ਕਰਨਾ ਚਾਹੁੰਦਾ ਹੈ
ਤਾਂ ਉਹਦੇ ਉੱਤੇ ਉਹ ਗੱਲ ਕਰ ਸਕਦਾ। ਪਰ ਪਿਛਲੇ ਦਿਨੀ ਕਿਸਾਨਾਂ ਦੀਆਂ ਕੁਝ ਕਾਲਸ ਜਨਤਕ ਕੀਤੀਆਂ ਗਈਆਂ ਜਿਹੜੀਆਂ ਬਹੁਤ ਜ਼ਿਆਦਾ ਲੱਖਾਂ ਲੋਕਾਂ ਨੇ ਸੁਣੀਆਂ ਕਿ ਕਿਵੇਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਪੰਜਾਬ ਦੇ ਲੋਕਾਂ ਪੰਜਾਬ ਨੂੰ ਖਾਲੀ ਦੇਖ ਕੇ ਪੰਜਾਬੀਆਂ ਨੂੰ ਲੁੱਟ ਰਿਹਾ ਹੈ, ਪਿੱਛੇ ਅਡਾਨੀਆਂ ਨੂੰ ਦੇਸ਼ ਵੇਚਣ ਦੇ ਉੱਤੇ ਪੰਜਾਬ ਵੇਚਣ ਉੱਤੇ ਲੱਗੇ ਹੋਏ ਨੇ। ਤੇ ਇਸ ਚੀਜ਼ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਪੁਲਿਸ ਭੇਜ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਉੱਤੇ ਰੇਡ ਮਰਵਾਈ ਕਿ ਇਹ ਜਿਹੜੀਆਂ ਕਾਲਸ ਨੇ ਕਿਸਾਨਾਂ ਦੀਆਂ ਇਹਨਾਂ ਨੂੰ ਬਾਹਰ ਨਾ ਕੱਢਿਆ ਜਾਵੇ। ਕਿਸ ਗੱਲ ਦਾ ਡਰ ਹੈ ਕੈਪਟਨ ਅਮਰਿੰਦਰ ਸਿੰਘ ਨੂੰ? ਕਿਸ ਗੱਲ ਦਾ ਡਰ ਹੈ ਕਿ ਤੁਹਾਨੂੰ ਡਰ ਹੈ ਕਿ ਤੁਹਾਡੀਆਂ ਕਰਤੂਤਾਂ ਲੋਕਾਂ ਦੇ ਸਾਹਮਣੇ ਆਉਣਗੀਆਂ, ਜਾਂ ਤੁਸੀਂ ਅਡਾਨੀ ਨਾਲ ਅੰਡਰ ਟੇਬਲ ਕੀ ਗੱਲ ਕੀਤੀ ਹੋਈ ਆ? ਇਹ ਸਾਨੂੰ ਕਲੀਅਰ ਕੀਤੀ ਜਾਵੇ। ਅੱਜ ਤੁਸੀਂ ਜੇ ਅੱਜ ਜ਼ਿੰਮੇਵਾਰ ਬੰਦੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਜ਼ਿੰਮੇਵਾਰ ਸੋਸ਼ਲ ਵਰਕਰ ਅੱਜ ਦਿੱਲੀ ਵਿੱਚ ਬੈਠੇ ਨੇ, ਕੀ ਤੁਸੀਂ ਉਹਨਾਂ ਦੀ ਪਿੱਠ ਪਿੱਛੇ ਲੋਕਾਂ ਨੂੰ ਲੁੱਟੋਂਗੇ? ਤੁਸੀਂ ਲੋਕਾਂ ਨੂੰ ਚੈਲੰਜ ਕਰ ਰਹੇ ਹੋ ਕਿ ਜੇ ਤੁਸੀਂ ਦਿੱਲੀ ਬਹਿ ਕੇ ਅਡਾਨੀਆਂ ਨੂੰ ਚੈਲੰਜ ਕਰ ਰਹੇ ਹੋ ਕਿ ਅਸੀਂ ਅਡਾਨੀ ਸਾਡੇ ਦੁਸ਼ਮਣ ਬਣੇ ਹੋਏ ਨੇ, ਤੇ ਤੁਸੀਂ ਕਹਿ ਰਹੇ ਹੋ ਤੁਸੀਂ ਜਿੰਨਾ ਮਰਜ਼ੀ ਅਡਾਨੀਆਂ ਨੂੰ ਬੁਰਾ ਕਹਿ ਲਿਓ, ਮੈਂ ਅਡਾਨੀਆਂ ਦੀ ਹੈਲਪ ਕਰੂੰਗਾ। ਤੁਸੀਂ ਅਡਾਨੀਆਂ ਨੂੰ ਹਮਦਰਦੀ ਦਿਖਾ ਰਹੇ ਹੋ ਕਿ ਪੰਜਾਬ ਦੇ ਲੋਕ ਜੇ ਅਡਾਨੀਆਂ ਨੂੰ ਨਕਾਰ ਰਹੇ ਨੇ? ਜੀਓ ਸਿਮ ਬੰਦ ਹੋ ਗਏ, ਅਡਾਨੀਆਂ ਦੀ ਹਰ ਇੱਕ ਚੀਜ਼ ਪੰਜਾਬੀ ਲੋਕ ਨਕਾਰ ਰਹੇ ਆ, ਤੁਸੀਂ ਇਹ ਕਹਿ ਰਹੇ ਹੋ ਕਿ ਅਡਾਨੀ ਦੀ ਹੈਲਪ ਮੈਂ ਕਰੂੰਗਾ? ਆ ਜਾ, ਪੰਜਾਬ ਦੀ ਬਿਜਲੀ ਤੈਨੂੰ ਦਿੰਦਾ, ਜ਼ਮੀਨ ਤੈਨੂੰ ਦਿੰਦਾ। ਜੇ ਤੁਸੀਂ ਉਹਦਾ ਕਮੇਟੀਆਂ ਬਣੀਆਂ ਜਿਹੜੀਆਂ ਇਹਨਾਂ ਨੇ ਮੋਦੀ ਨੇ ਬਣਾਈਆਂ, ਜੇ ਤੁਸੀਂ ਉੱਥੇ ਸਾਈਨ ਨਾ ਕਰਦੇ? ਉਹ ਤੋਂ ਪਹਿਲਾਂ ਬਾਦਲ ਨੇ ਸਾਈਨ ਕੀਤੇ 2010 ਦੇ ਵਿੱਚ, ਜਿਹੜੀ ਹਾਈ ਮੈਂਬਰਸ ਦੀ ਕਮੇਟੀ ਬਣੀ, ਤੇ ਤੁਸੀਂ ਬਾਰੀ 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 ਦੇਸ਼ ਨੂੰ ਵੇਚਣ ਲੱਗੇ ਹੋਏ ਹੋ, ਪੰਜਾਬ ਨੂੰ ਵੇਚਣ ਲੱਗੇ ਹੋਏ ਹੋ। ਤੁਹਾਨੂੰ ਗਲਤੀ ਕੀ ਕੀਤੀ ਕਿ ਬਾਰੀ ਬਾਰੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ, ਜਿਹਦਾ ਤੁਸੀਂ ਕੀ ਕਰਦੇ ਹੋ, ਅੱਜ ਪਿੱਠ ਦੇ ਵਿੱਚ ਛੁਰਾ ਮਾਰ ਰਹੇ ਹੋ ਪੰਜਾਬੀਆਂ ਦੇ? ਜੀ ਡਾਊਨਲੋਡ ਨਹੀਂ ਹੋ ਰਿਹਾ, ਮੈਂ ਦੇਣਾ ਇੱਕ ਮਿੰਟ, ਇਹੀ ਚਲਾ ਲਿਓ ਤੁਹਾਡੇ ਕੋਲ ਚੱਲ ਪਿਆ ਮੇਰੇ ਖਿਆਲ। ਆ ਜਿਹੜੀ ਆਡੀਓ ਹੈਗੀ ਹੈ ਜਿੱਥੇ ਕਾਲ ਸੈਂਟਰ 'ਤੇ ਛਾਪਾ ਮਾਰਿਆ, ਉਹ ਅਸੀਂ ਚਲਾ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਨਾਮ ਬੋਲ ਰਿਹਾ ਹਾਂ ਪਟਿਆਲੇ ਜ਼ਿਲ੍ਹੇ ਤੋਂ। ਮੈਂ ਕਿਸਾਨ ਅੰਦੋਲਨ ਵਿੱਚ ਪਿਛਲੇ 10 ਦਿਨ ਤੋਂ ਦਿੱਲੀ ਵਿੱਚ ਆਇਆ ਹੋਇਆ ਹਾਂ। ਅਸੀਂ ਇੱਥੇ ਸਾਰੇ ਕਿਸਾਨਾਂ ਨੇ ਮਿਲ ਕੇ ਇੱਕ ਅਹਿਮ ਫੈਸਲਾ ਲਿਆ ਕਿ ਅਸੀਂ ਅਡਾਨੀ ਤੇ ਅੰਬਾਨੀ ਦਾ ਕੋਈ ਵੀ ਸਮਾਨ ਨਹੀਂ ਖਰੀਦਾਂਗੇ ਅਤੇ ਉਹਨਾਂ ਦਾ ਬਾਈਕਾਟ ਕਰਾਂਗੇ। ਪਰ ਹੁਣੇ ਹੁਣ ਸਾਨੂੰ ਇਹ ਪਤਾ ਚੱਲਿਆ ਹੈ ਕਿ ਕੈਪਟਨ ਨੇ ਪਿਛਲੇ ਹਫ਼ਤੇ ਹਜ਼ਾਰਾਂ ਕਰੋੜਾਂ ਦਾ ਬਿਜਲੀ ਦਾ ਠੇਕਾ ਅਡਾਨੀ ਨੂੰ ਦੇ ਦਿੱਤਾ ਹੈ। ਇਹ ਕਿੱਦਾਂ ਕਰ ਸਕਦੇ ਨੇ? ਕੈਪਟਨ ਨੇ ਸਾਨੂੰ ਧੋਖਾ ਦਿੱਤਾ ਹੈ, ਸਾਡੀ ਪਿੱਠ ਵਿੱਚ ਛੁਰਾ ਮਾਰਿਆ ਹੈ। ਅਸੀਂ ਦਿੱਲੀ ਵਿੱਚ ਲਾਠੀਆਂ ਖਾ ਰਹੇ ਹਾਂ, ਠੀਕ ਹੈ, ਕੈਪਟਨ ਅਡਾਨੀ ਨਾਲ ਹੱਥ ਮਿਲਾ ਰਿਹਾ ਹੈ। ਕੈਪਟਨ ਸਾਹਿਬ, ਠੀਕ ਹੈ, ਤੁਸੀਂ ਕਿਸਾਨਾਂ ਦੇ ਨਾਲ ਹੋ ਜਾਂ ਅਡਾਨੀ ਦੇ ਨਾਲ? ਕਰ ਦੀ, ਹਾਂਜੀ, ਬੰਦ ਕਰ। ਕੀ ਹੁਣ ਸਾਨੂੰ ਕਿਸਾਨਾਂ ਨੂੰ ਅਡਾਨੀ ਤੋਂ ਬਿਜਲੀ ਖਰੀਦਣੀ ਪਊਗੀ? ਸਾਰੇ ਪੰਜਾਬ ਨਾਲ ਧੋਖਾ ਕਿਉਂ ਕਰ ਰਹੇ ਹੋ ਕੈਪਟਨ ਸਾਹਿਬ? ਸਾਰੇ ਪੰਜਾਬ ਨਾਲ, ਸਾਰੇ ਕਿਸਾਨਾਂ ਨਾਲ ਧੋਖਾ ਕਿਉਂ ਕਰ ਰਹੇ ਹੋ? ਆਮ ਆਦਮੀ ਪਾਰਟੀ ਨੇ ਕਾਲ ਸੈਂਟਰ ਤੋਂ ਜਿਹੜੇ ਵੀ ਕਿਤੇ ਕਿਸਾਨ ਨੂੰ ਕੋਈ ਪ੍ਰੋਬਲਮ ਹੈ, ਕਿਸੇ ਗੱਲ ਦੀ ਓਬਜੈਕਸ਼ਨ ਹੈ, ਜੇ ਕੋਈ ਆਪਣੀ ਗੱਲ ਕਹਿਣੀ ਚਾਹੁੰਦੇ ਆ ਤਾਂ ਉਹਦੀ ਗੱਲ ਜਿਹੜੀ ਹੈ ਕਾਲ ਸੈਂਟਰ ਰਾਹੀਂ ਅਸੀਂ ਚਲਾਉਂਦੇ ਹਾਂ, ਅਤੇ ਉਸ ਕਾਲ ਸੈਂਟਰ 'ਤੇ ਛਾਪਾ ਮਾਰ ਕੇ ਇਸ ਚੀਜ਼ ਨੂੰ ਬੰਦ ਕਰਾਇਆ ਗਿਆ ਆ, ਜਿਹੜੇ ਕਿਸਾਨਾਂ ਨੂੰ ਗਰੀਵੀਐਂਸੇ ਸੀਗੇ। ਪੁਲਿਸ ਨੇ ਹਾਂਜੀ, ਮੋਹਾਲੀ ਪੁਲਿਸ ਨੇ, ਹਾਂਜੀ ਹਾਂਜੀ, ਪੰਜਾਬ ਦੇ ਜਿਹੜੇ ਕਾਲ ਸੈਂਟਰ ਆ ਜਿੱਥੇ ਕਿਸਾਨ ਨੂੰ ਆਪਦੀਆਂ ਦੁੱਖ ਤਕਲੀਫਾਂ ਲਈ ਕਾਲ ਕਰਦੇ ਨੇ, ਅਤੇ ਕੈਪਟਨ ਸਰਕਾਰ ਨੂੰ ਪ੍ਰੋਬਲਮ ਹੋ ਗਈ ਕਿ ਕਿਸਾਨਾਂ ਦੀ ਆਵਾਜ਼ ਆਮ ਲੋਕਾਂ ਤੱਕ ਕਿਉਂ ਪਹੁੰਚਾਈ ਜਾ ਰਹੀ ਹੈ, ਅਤੇ ਉਹ ਇੱਕ ਜ਼ੋਰ ਕਹਿ ਲਓ ਕਿ ਲੋਕਤੰਤਰ 'ਤੇ ਲੋਕਾਂ ਦੁਆਰਾ ਸਰਕਾਰ 'ਤੇ ਹੈ ਨਹੀਂ। ਸੋ ਕਿਤੇ ਨਾ ਕਿਤੇ ਜਿਹੜੀ ਲੋਕਤੰਤਰ ਦੀ ਸੱਚ ਦੇ ਲਈ ਜੋ ਬੰਦਾ ਆਵਾਜ਼ ਉਠਾਉਂਦਾ, ਉੱਥੇ ਉਹਨੂੰ ਅੱਜ ਉਹਨਾਂ ਲਈ ਦਬਾਉਣਾ ਆਪਣੇ ਗੁੰਡਿਆਂ ਰਾਜ ਦੇ ਦੁਆਰਾ ਬੜਾ ਸੌਖਾ ਹੋ ਗਿਆ। ਸੋ ਇਹ ਚੀਜ਼ਾਂ ਜੋ ਹਾਂਜੀ, ਉਹ ਬਿਲਕੁਲ, ਜੇ ਛਾਪਾ ਵੱਜਿਆ ਤੇ ਤਾਂ ਹੀ ਇਸ ਗੱਲ ਉੱਤੇ ਆਪਾਂ ਖੁੱਲ ਕੇ ਬੋਲ ਸਕਦੇ ਹਾਂ। ਦੇਖੋ, ਤਰਕ ਕਿਸੇ ਵੀ ਬੰਦੇ ਦੀ, ਆਮ ਬੰਦੇ ਦੀ, ਅਸੀਂ ਹਰ ਇੱਕ ਨੂੰ ਅਧਿਕਾਰ ਆ ਕਿ ਆਪਾਂ ਜੇ ਕਿਸੇ ਦੀ ਦੁੱਖ ਦਰਦ ਦੀ ਗੱਲ ਆ ਲੋਕਾਂ ਵਿੱਚ ਜਨਤਕ ਕਰ ਸਕਦੇ ਹਾਂ। ਸੋ ਜੇ ਤੁਸੀਂ ਕਹੋ ਕਿ ਇਸ ਜਿੱਥੇ ਹਰ ਇੱਕ ਨੂੰ ਭਾਸ਼ਣ ਦੇਣ ਦਾ ਸੁਤੰਤਰ ਅਧਿਕਾਰ ਆ,
जिथे हर एक नूं बोलन दा अधिकार है इस देश दे विच लोकतंत्र जां ते पहलां तुहानूं खत्म करना पैणा इह सब कुछ नूं रोकण दे लई। पर एक दुनिया दा सब तों वड्डा लोकतंत्री देश भारत नूं मन्निया जांदा, पर इत्थे जदों आम बंदे दी आवाज़ नूं दबाउण दे लई तुसीं जिहड़ी लोकां नूं वी अज्ज जिहड़े पुलिस नूं वी तनखाह जांदी है, लोकां दे दित्ते टैक्स विच्चों जांदी है, सो ਤੁਸੀਂ ਪੁਲਿਸ ਨੂੰ ਗਲਤ ਚੀਜ਼ਾਂ ਲਈ ਕਿਉਂ ਯੂਜ਼ ਕਰ ਰਹੇ ਹੋ? ਤੁਸੀਂ ਛਾਪੇ ਮਰਵਾ ਰਹੇ ਹੋ ਆਪਣੇ ਆਪਦੇ ਆਪਣੇ ਪੁਲਿਸ ਪੁਲਿਸ ਕਿਸੇ ਦੀ ਗੁਲਾਮ ਨਹੀਂ ਆ। ਪੁਲਿਸ ਦੀ ਇੱਕੋ ਕੰਮ ਆ ਲੋਕਾਂ ਦੀ ਰੱਖਿਆ ਕਰਨੀ, ਲੋਕ ਦੇਸ਼ ਦੇ ਵਿੱਚ ਸ਼ਾਂਤੀ ਬਣਾਈ ਰੱਖਣੀ, ਨਾ ਕਿ ਲੋਕਾਂ ਦੀ ਉੱਠਦੀ ਹੋਈ ਆਵਾਜ਼ ਨੂੰ ਰੋਕਣਾ। ਸੋ ਜਿਹੜੀ ਇਹ ਮਿਸਯੂਜ਼ ਹੋ ਰਿਹਾ ਪੁਲਿਸ ਦਾ ਸਰਕਾਰ ਦੇ ਦੁਆਰਾ, ਇਹਦੀ ਸਖ਼ਤ ਰੂਪ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ।